ਤਰਨ ਤਾਰਨ ਦੇ ਪਿੰਡ ਠੱਠੀ ਵਿਖੇ ਮਾਮੂਲੀ ਤਕਰਾਰ ਦੇ ਚੱਲਦਿਆਂ ਦੋ ਗਰੁੱਪਾਂ 'ਚ ਹੋਏ ਖੂਨੀ ਵਿਵਾਦ ਦੌਰਾਨ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ 'ਚ ਚੱਲ ਰਿਹਾ ਹੈ। ਜ਼ਖਮੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਲੀ 'ਚੋਂ ਲੰਘਦੇ ਸਮੇਂ ਸਾਡੇ 'ਤੇ ਹਮਲਾ ਕੀਤਾ ਗਿਆ ਹੈ ਅਤੇ ਦੂਸਰੇ ਗਰੁੱਪ ਨੇ ਘਰ 'ਚ ਝਾਤੀਆਂ ਮਾਰਨ ਤੋਂ ਰੋਕਣ ਦਾ ਇਲਜ਼ਾਮ ਲਗਾਇਆ ਹੈ, ਜਿਸ ਦੇ ਚੱਲਦੇ ਵਿਵਾਦ ਦੌਰਾਨ ਚਾਰ ਵਿਅਕਤੀਆਂ ਨੂੰ ਸੱਟਾਂ ਲੱਗ ਗਈਆਂ। ਜ਼ਖਮੀਆਂ ਨੇ ਇਨਸਾਫ ਦੀ ਮੰਗ ਕੀਤੀ ਹੈ। ਇਸ ਸੰਬੰਧਿਤ ਬੁਰਜੀ ਚੌਂਕੀ ਦੇ ਇੰਚਾਰਜ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਗਰੁੱਪਾਂ 'ਚ ਆਪਸੀ ਤਕਰਾਰ ਹੋਇਆ ਹੈ, ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਮੈਡੀਕਲ ਰਿਪੋਰਟ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪਿੰਡ ਠੱਠੀ ਦੇ ਆਪਣਾ ਛੋਟਾ ਬ੍ਰਦਰ ਜਿਹੜਾ ਮਤਲਬ ਘਰੋਂ ਸੌਦਾ ਲੈਣ ਜਾ ਰਿਹਾ ਸੀ ਤੇ ਇਹਨਾਂ ਨੇ ਮਤਲਬ ਆ ਜਿਹੜੇ ਚਾਰ ਪੰਜ ਮੁੰਡੇ ਬਾਹਰੋਂ ਆਏ ਆ ਹਾਂਗਕਾਂਗ ਤੋਂ, ਇਹਨਾਂ ਦਾ ਮਤਲਬ ਸਰਕਾਰ ਨੇ ਬਾਹਰ ਨਿਕਲਣਾ ਵੀ ਵਰਜਿਤ ਕੀਤਾ ਵਾ, ਨੋਟਿਸ ਵੀ ਲੱਗਾ ਆ ਇਹਨਾਂ ਦੇ ਬਾਰ ਬਾਰ ਬੂਹੇ ਦੇ। ਇਹਨਾਂ ਦਾ ਨਾਂ ਹੈਗਾ ਸ਼ਰਨਜੀਤ ਸਿੰਘ ਕਿੱਟੂ, ਰਣਜੀਤ ਸਿੰਘ ਰਾਣਾ, ਹਰਵੀਨ ਸਿੰਘ, ਰਵੀ ਸ਼ੇਰ ਸਿੰਘ, ਹਰਸਿਮਰਨ ਸਿੰਘ, ਸੰਦੀਪ ਸਿੰਘ ਸੋਹਣਾ ਅਤੇ ਇੱਕ ਇਹਨਾਂ ਦੀ ਲੜਕੀ ਆ ਜਸਵਿੰਦਰ ਕੌਰ। ਇਹਨਾਂ ਨੇ ਮਤਲਬ ਸਾਡੇ 'ਤੇ ਉਹ ਰਾਡਾਂ ਲੈ ਕੇ ਅਤੇ ਹਮਲਾ ਕੀਤਾ ਜਾਂਦਿਆਂ ਜਦੋਂ ਜਾਂਦਿਆਂ, ਫਿਰ ਅਸੀਂ ਭੱਜ ਕੇ ਜੋ ਛਡਾਉਣ ਗਏ ਹਾਂ ਇਹਨਾਂ ਨੂੰ, ਅਤੇ ਇਹਨਾਂ ਨੇ ਸਾਡੇ 'ਤੇ ਵੀ ਨਾਲ ਸਾਡੇ ਜਨਾਨੀਆਂ ਦੇ ਸਾਰਿਆਂ ਦੇ ਹਮਲੇ ਮਤਲਬ ਰਾਡਾਂ ਮਾਰੀਆਂ, ਸਿਰ ਪਾੜੇ ਆ। ਮੇਰੇ ਛੋਟੇ ਬ੍ਰਦਰ ਦੇ ਮੋਢੇ 'ਤੇ ਸੱਟਾਂ ਲੱਗੀਆਂ, ਮੋਢਾ ਉੱਟਾ, ਕੱਲ੍ਹ ਨੂੰ ਸਾਡੇ ਐਕਸਰੇ ਹੋਣੇ ਮਤਲਬ ਹੁਣ। ਹਾਂਜੀ, ਮਤਲਬ ਇਹਨਾਂ ਨੇ ਗੰਡਾਸੀਆਂ ਗੰਡੂਸੀਆਂ ਜਿਹੀਆਂ ਕੱਢ ਕੇ ਲਿਆਉਂਦੀਆਂ ਅੰਦਰੋਂ, ਅਤੇ ਤਿੰਨ ਚਾਰ ਦਿਨ ਪਹਿਲਾਂ ਇਹਨਾਂ ਫਾਇਰ ਫੂਰ ਵੀ ਕੱਢੇ ਅਤੇ ਉੱਥੇ ਮਤਲਬ ਗੁਰਦੁਆਰੇ ਕੈਮਰੇ ਲੱਗੇ ਹੋਏ, ਜੇ ਜ਼ਿਆਦਾ ਗੱਲ ਤੁਸੀਂ ਰਿਕਾਰਡਿੰਗ ਉੱਥੇ ਵੇਖ ਸਕਦੇ ਜੋ। ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ। ਕੱਲ੍ਹ ਅਸੀਂ ਦਰਖਾਸਤ ਦਿੱਤੀ ਸੀ ਵੀ ਕੱਲ੍ਹ ਸਾਡੇ ਉਹਦਾ ਸਿਰ ਪਾੜੇ, ਕੱਲ੍ਹ ਕੜੇ ਮਾਰੇ ਸਿਰ ਦੇ ਵਿੱਚ, ਅਤੇ ਅੱਜ ਅਸੀਂ ਅੱਜ ਫਿਰ ਸਾਡੇ ਛੋਟੇ ਬ੍ਰਦਰ ਨੂੰ ਉਹਨਾਂ ਘੇਰਿਆ, ਉਹ ਇਸੇ ਗੱਲੋਂ ਆਉਂਦੇ ਆ ਵੀ ਇਹ ਸਾਡੇ ਵੱਲ ਵਹਿੰਦਾ ਕਿਉਂ ਆ। ਸਿਮਰਨਜੀਤ ਆ ਜੀ, ਗੱਲ ਕੁਝ ਵੀ ਨਹੀਂ ਜੀ, ਕੱਲ੍ਹ ਵੀ ਸਾਡੀ ਨਾ ਕਿ ਤੁਰੇ ਜਾਂਦੇ ਉਹਨਾਂ ਦਾ, ਉਹਨਾਂ ਆਲਵੇਜ਼ ਉਹ ਫੈਮਿਲੀ ਨਾ ਜਿੱਦਾਂ ਸਾਡੇ ਵੱਲ ਲੰਘਦੀ ਆ ਅਤੇ ਅੱਖਾਂ ਘੂਰੀ ਜਾਣੀਆਂ, ਜਿੱਦਾਂ ਸਾਡੀ ਹੁਣ ਜਿੱਦਾਂ ਕਿੰਨੇ ਦਿਨਾਂ ਤੋਂ ਕੁਆਰੰਟਾਈਨ ਚੱਲਣ ਡਿਆ, ਤਾਂ ਆਪਾਂ ਸਾਰੀ ਫੈਮਿਲੀ ਜਿੱਦਾਂ ਅੰਦਰ ਤੋਂ ਬੋਰ ਹੋ ਜਾਂਦੀ ਆ ਅਤੇ ਬਾਹਰ ਵਿਹੜੇ 'ਚ ਬੈਠੇ ਸੀਗੇ, ਸਾਡਾ ਮੇਨ ਗੁਰਦੁਆਰੇ ਦੇ ਨਾਲ ਹੀ ਘਰ ਆ, ਅਤੇ ਉਹ ਜਦੋਂ ਜੋ ਲੇਡੀਜ਼ ਬੈਠੀਆਂ ਹੁੰਦੀਆਂ ਉਹ ਦੇਖੀ ਜਾਂਦੇ ਪੁੱਠਾ ਸਿੱਧਾ, ਤਾਂ ਉਸ ਗੱਲ ਤੋਂ ਉਹਨੂੰ ਮੈਂ ਕਿਹਾ ਕਿ ਯਾਰ ਵੀਰ ਇੱਧਰੋਂ ਸਾਡੇ ਵੱਲ ਨਾ ਦੇਖ, ਕਹਿੰਦਾ ਕਿਉਂ ਤੁਸੀਂ ਬੂਹਾ ਭੇੜ ਲਓ। ਚਲੋ ਸਾਡੀ ਜੋ ਕੱਲ੍ਹ ਗੱਲਬਾਤ ਹੋਈ, ਉਹਨੇ ਉਹ ਸਾਰੇ ਆਣ ਕੇ ਉਹ ਮੈਨੂੰ ਪਏ ਅਤੇ ਆ ਮੇਰੇ ਕੱਲ੍ਹ ਉਹਨਾਂ ਨੇ ਜਿੱਦਾਂ ਸੱਟ ਮਾਰੀ, ਚਲੋ ਸਿਰ ਦੇ ਵਿੱਚ ਇੱਟਾਂ ਮਾਰੀਆਂ, ਆਹ ਕੋਈ ਉਹਦੇ ਨਾਲ ਹੱਥ 'ਚ ਦਾਤਰ ਹੀ ਆ, ਆਹ ਦਾਤਰ ਮਾਰਿਆ ਉਹਨਾਂ ਨੇ, ਓਂਕਾਰ ਮੁੰਡੇ ਦਾ ਨਾਮ ਹੈ, ਉਹਨੇ ਦਾਤਰ ਮਾਰਿਆ ਇੱਥੇ ਮੇਰੇ। ਕੀ ਚਾਹੁੰਦੇ ਤੁਸੀਂ, ਕੀ ਹੋਣਾ ਚਾਹੀਦਾ? ਅਸੀਂ ਇਨਸਾਫ ਚਾਹੁੰਦੇ ਹਾਂ ਜੀ, ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਵੀ ਇੱਕ ਬੰਨੇ ਦਾ ਪੱਖ ਪੂਰਵ, ਅਸੀਂ ਤਾਂ ਇਨਸਾਫ ਚਾਹੁੰਦੇ ਹਾਂ ਜੀ। ਜੇ ਸਾਡੇ ਕਰਫਿਊ ਲੱਗੇ ਦੇ ਵਿੱਚ ਵੀ, ਚਲੋ ਉਹ ਕਹਿੰਦੇ ਆ ਕਿ ਸਾਡੇ ਪਏ ਆ, ਤੁਸੀਂ ਗੁਰਦੁਆਰਾ ਸਾਹਿਬ ਦੇ ਕੈਮਰੇ 'ਤੇ ਨਹੀਂ ਝੂਠ ਬੋਲ ਸਕਦੇ। ਘਰ ਆ ਗਏ ਪਏ? ਹਾਂਜੀ, ਅਤੇ ਤੁਸੀਂ ਉੱਥੇ ਦੇਖੋ ਕਿ ਉਹ ਲੜਾਈ ਕਿੱਥੇ, ਉਹਨਾਂ ਦਾ ਘਰ ਉੱਥੋਂ ਕਮ ਸੇ ਕਮ 50 ਮੀਟਰ 'ਤੇ ਦੋਵੇਂ ਸਾਈਡਾਂ 'ਤੇ, ਦੋ ਉਹਨਾਂ ਦੇ ਦੋ ਤਿੰਨ ਪਰਿਵਾਰ ਰਹਿੰਦੇ ਆ, ਉਹ 7-8 ਜਾਣੇ ਉਹ ਆਪ ਪਰਿਵਾਰ ਆ ਗਿਆ, ਠੀਕ ਹੈ, ਉਹਨਾਂ ਦੀਆਂ ਲੇਡੀਜ਼ ਆ ਗਈਆਂ, ਉਹਨਾਂ ਨੇ ਉਹ ਉੱਥੇ ਖਰਾਬੀ ਕੀਤੀ। ਜੇ ਮੇਰੀ ਗੱਲ ਸੁਣੋ, ਜੇ ਕਰਫਿਊ ਲੱਗੇ ਦੇ ਵਿੱਚ ਵੀ ਉਹ ਸੈਂਟਰ 'ਚ ਆਉਂਦੇ ਆ ਅਤੇ ਉਹ ਕਰਨ ਕੀ ਆ ਰਹੇ ਆ? ਅਸੀਂ ਉਹਨਾਂ ਦੇ ਘਰ ਨਹੀਂ ਗਏ, ਉਹ ਸਾਡੇ ਘਰ ਆਣ ਕੇ, ਸਾਡੇ ਘਰ ਘਰ ਵਿਹੜੇ 'ਚ ਆਣ ਕੇ ਸਾਡੇ ਲੇਡੀਜ਼ ਦੇ ਵਿੱਚ ਮੇਰੇ ਛੋਟੇ ਭਰਾ ਦੇ ਉਹਨਾਂ ਨੇ ਬੈਟ ਮਾਰਿਆ ਹੱਥ 'ਤੇ, ਛੋਟਾ 14 ਸਾਲਾਂ ਦਾ ਬੱਚਾ ਆ, ਠੀਕ ਹੈ ਜੀ, ਇਹ ਗਲਤ ਗੱਲ ਆ। ਇਹ ਨਾ ਪਿੰਡ ਠੱਠੀ ਕਾਰੇ ਦੇ ਵਿੱਚ ਗਲੀ 'ਚੋਂ ਲੰਘਣ ਤੋਂ ਕੱਲ੍ਹ ਮਾਮੂਲੀ ਜਿਹਾ ਝਗੜਾ ਹੋਇਆ ਸੀ, ਅੱਜ ਇਹਨਾਂ ਨੇ ਟਾਈਮ ਰੱਖਿਆ ਸੀ ਵੀ 4 ਵਜੇ ਤੱਕ, ਮੋਤਵਾਰਾਂ ਨੇ ਕਹਿੰਦੇ ਸੀ ਵੀ ਰਾਜ਼ੀਨਾਮਾ ਕਰਾ ਦੇਵਾਂਗੇ, ਅਤੇ ਮਾਮੂਲੀ ਜਿਹਾ ਕੱਲ੍ਹ ਸੱਟਾਂ ਲੱਗੀਆਂ ਸੀ, ਅਤੇ ਅੱਜ ਫਿਰ ਲੰਘਣ ਤੋਂ ਹੀ ਜਿਹੜਾ ਉੱਥੇ ਓਂਕਾਰ ਸਿੰਘ ਪਾਰਟੀ ਦਾ ਅਤੇ ਦੂਜਾ ਸ਼ਰਨਜੀਤ ਹੋਣਾ ਦਾ ਝਗੜਾ ਹੋਇਆ, ਜਿਹਦੇ 'ਚ ਦੋਵਾਂ ਧਿਰਾਂ ਨੂੰ ਸੱਟਾਂ ਲੱਗੀਆਂ ਵਾ, ਉਹ ਦੋਨੇ ਧਿਰਾਂ ਐਡਮਿੰਟ ਨੇ। ਜੋ ਵੀ ਉਹਨਾਂ ਦਾ ਰਿਜ਼ਲਟ ਆਏਗਾ ਬਿਆਨ ਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।